ਪੰਜਾਬ ਅਤੇ ਹਰਿਆਣਾ ਦੇ ਵਿੱਚ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਅੱਜ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਕਈ ਹਿੱਸਿਆਂ ਦੇ ਵਿੱਚ ਤਬਾਹੀ ਦੇ ਨਿਸ਼ਾਨ ਹਲੇ ਵੀ ਬਰਕਰਾਰ ਨੇ ਇਸ ਰਾਹਤ ਦੇ ਵਿਚਾਲੇ ਕਰੋੜਾਂ ਦੀ ਜ਼ਾਇਦਾਦ ਦਾ ਨੁਕਸਾਨ ਹੋਇਆ ਅਤੇ 9 ਵਿਅਕਤੀਆਂ ਦੀ ਜਾਨ ਇਸ ਤੂਫਾਨ ਦੇ ਵਿੱਚ ਇਸ ਹੜ੍ਹ ਦੇ ਵਿੱਚ ਜਾ ਚੁੱਕੀ ਹੈ ਦੋਮਾ ਸਵੇਰ ਸਰਕਾਰਾਂ ਨੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੇ ਲਈ ਯਤਨ ਤੇਜ਼ ਕਰ ਦਿੱਤੇ ਨੇ ਇਸ ਦੇ ਨਾਲ ਹੀ ਬਚਾਅ ਕਾਰਜ ਵੀ ਲਗਾਤਾਰ ਜਾਰੀ ਹੈ ਅੱਜ ਸਵੇਰੇ ਜ਼ਿਆਦਾਤਰ ਥਾਂਾਂ ਤੇ ਮੌਸਮ ਜਿਹੜਾ ਹੈ ਸਾਫ਼ ਦਿਖਾਈ ਦਿੱਤਾ ਹੈ ਜਿਸ ਦੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਜ਼ਰੂਰ ਲਿਆ ਜਿਹੜੇ ਹੜ੍ਹ ਦੇ ਪ੍ਰਭਾਵਿਤ ਲੋਕ ਹੈ ਲਗਾਤਾਰ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਅੰਦਰ ਪਾਣੀ ਜਿਹੜਾ ਹੈ ਉਹ ਘਰਾਂ ਦੇ ਵਿੱਚ ਫਿਰ ਗਿਆ ਵੜ ਗਿਆ ਫਸਲਾਂ ਅਤੇ ਸਬਜ਼ੀਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਰੂਪਨਗਰ ਜ਼ਿਲ੍ਹਾ ਦੇਖਣ ਨੂੰ ਮਿਲਿਆ ਅਧਿਕਾਰੀਆਂ ਨੇ ਦੱਸਿਆ ਕਿ ਰੂਪਨਗਰ ਪਟਿਆਲਾ ਮੁਖਾਲੀ ਅੰਬਾਲਾ ਅਤੇ ਪੰਚਕੁਲਾ ਸਮੇਤ ਦੋਵਾਂ ਰਾਜਾਂ ਦੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਰਾਹਤ ਕੈਂਪਸ ਸਥਾਪਿਤ ਕੀਤੇ ਗਏ ਨੇ ਅਤੇ ਦੋਵਾਂ ਦੇ ਜੋ ਦੋਵੇਂ ਸੂਬੇ ਹੈ ਪੰਜਾਬ ਹਰਿਆਣਾ ਦੋਵਾਂ ਮੁੱਖ ਮੰਤਰੀਆਂ ਜਿਹੜੇ ਹੈਗੇ ਉਹ ਨਿਗਰਾਨੀ ਦੇ ਉੱਪਰ ਬੈਠੇ ਹੋਏ ਨੇ ਕਿ ਸਥਿਤੀ ਕੀ ਬਣੀ ਹੋਈ ਹੈ ਸੂਬੇ ਦੇ ਵਿੱਚ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ 13 ਜੁਲਾਈ 14 ਜੁਲਾਈ ਨੂੰ ਭਾਰੀ ਮੀਂਹ ਦੀ ਇੱਕ ਵਾਰ ਮੁੜ ਤੋਂ ਭਵਿਕਵਾਨੀ ਕਰ ਦਿੱਤੀ ਹੈ ਵਿਭਾਗ ਨੇ ਦੁਆਬਾ ਖੇਤਰ ਦੇ ਵਿੱਚ yellow alert ਅਤੇ ਪੂਰਬੀ ਮਾਲਵਾ ਦੇ ਲਈ red alert ਜਾਰੀ ਕਰ ਦਿੱਤਾ ਹੈ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਕਪੂਰਥਲਾ ਜਲੰਧਰ ਸ਼ਹਿਰਾਂ ਦੇ ਵਿੱਚ yellow alert ਹੈ ਤਾਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਮੀਂਹ ਦੇ ਕਾਰਨ ਸਭ ਤੋਂ ਵੱਧ ਨੁਕਸਾਨ ਜੋ ਹੈ ਉਹ ਰਾਜਪੂਰਾ ਪਟਿਆਲਾ ਰੋਪੜ ਦੇ ਨਾਲ ਲੱਗਦੇ ਮੁਹਾਲੀ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਦੇ ਲਈ 33 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ ਜੇਕਰ ਕਿਸੇ ਵੀ ਥਾਂ ਤੇ ਲੋੜ ਪਈ ਤਾਂ ਪੈਸੇ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜਾ ਅਤੇ ਮੈਨਪੁਰ ਦੇ ਵਿੱਚ ਮੀਂਹ ਦੇ ਨਾਲ ਇਕੱਠੇ ਹੋਏ ਪਾਣੀ ਨੇ ਲੋਕਾਂ ਨੂੰ ਮੁਸ਼ਕਲਾਂ ਦੇ ਵਿੱਚ ਪਾਇਆ ਹੋਇਆ ਹੈ ਲਗਾਤਾਰ ਪੇ ਮੀਂਹ ਦੇ ਕਰਕੇ ਇਨ੍ਹਾਂ ਪਿੰਡਾਂ ਦੇ ਵਿੱਚ ਦੂਰ ਦੂਰ ਤੱਕ ਸਿਰਫ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਸਾਰੇ ਲੈਂਡਮਾਰਕ ਮਿਟ ਚੁੱਕੇ ਨੇ ਭਾਵੇਂ ਕਿ ਪਾਣੀ ਕਰਕੇ ਲੋਕਾਂ ਦੀਆਂ ਪੈਲੀਆਂ ਸਭ ਡੁੱਬ ਚੁੱਕੀਆਂ ਨੇ ਲੋਕਾਂ ਦੇ ਗੋਡਿਆਂ ਤੱਕ ਪਾਣੀ ਜਮਾ ਹੋਇਆ ਪਿਆ ਹੈ ਲੋਕ ਜਿਹੜਾ ਹੈ ਬੜੀ ਮੁਸ਼ਕਲ ਦੇ ਨਾਲ ਆਪਣੇ ਵਾਹਨਾਂ ਨੂੰ ਧੱਕਾ ਲਗਾ ਕੇ ਲੈ ਕੇ ਜਾ ਰਹੇ ਨੇ ਪਾਣੀ ਦਾ ਤੇਜ਼ ਵਹਾਅ ਅਤੇ ਸ਼ੋਰ ਲੋਕਾਂ ਨੂੰ ਡਰਾ ਰਿਹਾ ਹੈ ਲੋਕਾਂ ਦੇ ਵਿੱਚ ਸਨਸਨੀ ਫੈਲੀ ਹੋਈ ਹੈ ਲੋਕ ਬਾਹਰ ਨਿਕਲਣ ਤੋਂ ਵੀ ਡਰ ਰਹੇ ਨੇ ਔਰ ਘਰਾਂ ਦੇ ਵਿੱਚ ਹੀ ਆਪਣੇ ਜਿਹੜਾ ਹੈ ਲੋਕਾਂ ਦੇ ਵੀ ਪਾਣੀ ਚਲਾ ਗਿਆ ਹੈ ਪਰ ਫਿਰ ਵੀ ਬਾਹਰ ਜਿਹੜਾ ਹੈ ਸਥਿਤੀ ਹੋਰ ਖਤਰਨਾਕ ਬਣੀ ਹੋਈ ਹੈ ਲੋਕਾਂ ਨੇ ਘਰਾਂ ਦੇ ਵਿੱਚ ਜੋ ਪਾਣੀ ਦਸਤ ਕੀਤਾ ਉਸ ਦੇ ਨਾਲ ਵੱਡੀ ਤعداد ਦੇ ਅੰਦਰ ਪੰਜਾਬ ਦੇ ਵਿੱਚ ਘਰਾਂ ਦਾ ਅੰਦਰ ਜਿਹੜਾ ਸਮਾਨ ਰੱਖਿਆ ਹੋਇਆ ਸੀ ਉਹ ਵੀ ਖਰਾਬ ਹੋ ਚੁੱਕਿਆ। ਪਿੱਛੇ ਕਿਸੇ ਦੀ ਪ੍ਰਾਪਰਟੀ ਹੈ ਜੀ ਪੌਪੂਲਰ ਲੱਗੇ ਤੇ ਸਕ੍ਰੈਪ ਡੀਲਰ ਬੈਠੇ ਨੇ। ਉਹ ਤੇ ਕਾਫੀ ਸਕ੍ਰੈਪ ਸੀਗਾ ਤੇ ਪਿੱਛੇ ਜਿਹੜਾ ਨਾਲੇ ਦਾ ਸੀਜ਼ਨਲ ਰੈਗੂਲਰ ਦਾ ਫਲੋ ਹੈ ਉਹ ਡੰਪ ਕਰਕੇ ਨੈਰੋ ਹੋ ਗਿਆ ਬਹੁਤ ਜ਼ਿਆਦਾ ਤੇ ਪਾਣੀ ਜਦੋਂ ਇੰਨਾ ਤੇਜ਼ ਆਇਆ ਉਹਨੇ ਇਸ 플ੌਟ 'ਚ ਆਇਆ। 플ੌਟ ਦੇ ਵਿੱਚੋਂ ਪਾਣੀ ਦਾ ਫਲੋ ਇੰਨਾ ਜ਼ਿਆਦਾ ਸੀ ਕਿ ਬਾਉਂਡਰੀ ਵਾਲਾਂ ਤੋੜ ਕੇ 플ੌਟਾਂ ਦੇ ਵਿੱਚ ਦੀ ਲੰਘਿਆ ਜਿੱਦਨੂੰ ਉਹਨੂੰ ਰਸਤਾ ਮਿਲਿਆ ਪਾਣੀ ਨੇ ਆਪਣਾ ਰਸਤਾ ਬਣਾਇਆ। ਤੇ ਜਿਹੜੀ ਸਾਡੀ ਆਊਟਰ ਬਾਉਂਡਰੀ ਵਾਲ ਹੈ ਰਿਟੇਨਿੰਗ ਵਾਲ ਹੈ ਸਾਰੀ ਘराती ਕੰਕਰੀਟ ਦੀ ਵਾਲ ਹੈ ਉਹ ਤੇ ਇੱਥੇ ਰਸਤਾ ਕੰਟੀਨਿਊ ਚੱਲ ਰਿਹਾ ਇੱਥੇ ਕੱਲ ਵਸੀਂ ਆ ਕੇ ਦੇਖਿਆ ਬਿਲਕੁਲ ਆਇਆ ਜਿਵੇਂ ਇੱਕ ਚੰਗੀ ਨਹਿਰ ਵਗਦੀ ਹੁੰਦੀ ਹੈ ਇੰਨਾ ਜਿਆਦਾ ਫਲੋ ਸੀ ਕਿ ਤੁਸੀਂ ਪਾਣੀ ਦੇ ਵਿੱਚ ਨੇੜੇ ਵੀ ਨਹੀਂ ਖੜ੍ਹਨ ਦਾ ਡਰ ਲੱਗਦਾ ਸੀਗਾ ਇੱਥੇ 15 ਫੁੱਟ ਡੂੰਘਾ ਟੋਆ ਹੈ ਠੀਕ ਹੈ ਜੀ ਹੁਣ ਹੁਣ ਵੀ ਸਾਨੂੰ ਡਰ ਹੈ ਕਿ ਜੇ ਉਹ ਪਿੱਛੋਂ ਬਲੌਕੇਜ ਨਾ ਕਲੀਅਰ ਕੀਤੀ ਗਈ ਔਰ ਕੱਲ ਨੂੰ ਫੇਰ ਤੇ ਹੈਗੀ ਬਲੌਕੇਜ ਮੇਨ ਆ ਪਿੱਛੇ ਬੈਕ ਸਾਈਡ ਤੇ ਜਿਹੜੇ ਪਪੂਲਰ ਦੇ ਦਰਖਤ ਹੈਗੇ ਸਾਈਡ ਜਿੱਥੇ ਸਾਡੇ ਸਾਡੀ ਪ੍ਰੋਜ ਉਹਦੇ ਨਾਲ ਇਸ ਤਰ੍ਹਾਂ ਕਰਕੇ ਬਾਉਂਡਰੀ ਬਾਲ ਹੈ ਜਿੱਥੇ ਬੈਠੇ ਨੇ ਪਹਿਲਾਂ ਬਾਉਂਡਰੀ ਬਾਲ ਦੇ ਬਾਹਰ ਵੀ ਘਟੋਗੜ 5 5 7 7 ਫੁੱਟ ਜਗਤ ਛੱਡੀ ਹੋਈ ਸੀ ਜਿਹੜੀ ਕਿ ਪਾਣੀ ਨਾਲ ਪਾਣੀ ਦੇ ਕਰੰਟ ਨਾਲ ਵਹਿ ਗਈ ਹੈ ਤੇ ਝੁੱਗੀਆਂ ਨੇ ਵੀ ਰੋਕ ਲਈ ਹੋਈ ਹੈ ਤੇ ਕਚਰਾ ਕੂੜਾ ਕੱਲ ਇੱਥੇ ਘਟੋਗੜ ਵਿੱਚ ਪਰਲੇ ਪਾਸੇ ਦੋ ਟਰੱਕ ਜਿਹੜੇ ਹੁਣੇ ਪਟਿਆਲਾ ਦੇ ਵਿੱਚ ਵੱਡੀ ਨਦੀ ਤੋਂ ਓਵਰਫਲੋ ਹੋਣ ਤੋਂ ਬਾਅਦ ਨਾਲ ਦੇ ਇਲਾਕਿਆਂ ਦੇ ਵਿੱਚ ਪਾਣੀ ਭਰਨ ਤੋਂ ਬਾਅਦ ਬਚਾਅ ਕਾਰਜ ਜਿਹੜੇ ਆ ਉਹ ਲਗਾਤਾਰ ਜਾਰੀ ਨੇ ਅੱਜ ਸਵੇਰੇ ਗੋਵਿੰਦ ਬਾਗ ਕਲੋਨੀ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀ ਕਈ ਵਿਅਕਤੀਆਂ ਨੂੰ ਸੁਰੱਖਿਤ ਥਾਮਾਂ ਤੇ ਲੈ ਕੇ ਪਹੁੰਚੇ ਨੇ ਦਿਪਤੀ ਕਮਿਸ਼ਨਰ ਸਾਖੀ ਸਾਹਨੀ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਨੇ ਕਈ ਹਿੱਸਿਆਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀ ਅਰਬਨ ਸਟੇਟ ਫੇਜ਼ 2 ਵਸਨੀਕਾਂ ਨੂੰ ਉੱਥੋਂ ਕੱਢ ਰਹੇ ਨੇ ਉਧਰ ਪਟਿਆਲਾ ਦੇ ਸ਼ਾਹੀ ਪਰਿਵਾਰ ਦਾ ਹੜ੍ਹ ਨੂੰ ਰੋਕਣ ਦੇ ਲਈ ਇੱਕ ਟੋਟਕਾ ਜਿਹੜਾ ਉਹ ਦੇਖਣ ਨੂੰ ਮਿਲਿਆ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਜਿਹੜੇ ਹੈਗੇ ਨੇ ਪਰਨੀਤ ਕੌਰ ਉਹਨਾਂ ਵੱਲੋਂ ਨੱਥ ਚੂੜਾ ਹੈ ਨਦੀ ਦੇ ਵਿੱਚ ਵਹਾਇਆ ਗਿਆ ਚੀਰਾਂ ਦੀ ਰਵਾਇਤ ਦੇ ਮੱਦੇ ਨਜ਼ਰ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਤਰਫੋਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਅਤੇ ਉਹਨਾਂ ਦੀ ਧੀ ਬੀਬਾ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਦੇ ਵਿੱਚ ਨਦੀ ਦੇ ਅੰਦਰ ਸੋਨੇ ਦੀ ਨੱਥ ਚੂੜਾ ਜਿਹੜਾ ਚੜਾਇਆ ਰੀਤ ਚੱਲਦੀ ਆ ਰਹੀ ਹੈ ਕਿ ਜਦੋਂ ਵੱਡੀ ਨਦੀ ਦੇ ਵਿੱਚ ਪਾਣੀ ਚੜ ਜਾਂਦਾ ਹੈ ਤਾਂ ਸ਼ਾਹੀ ਪਰਿਵਾਰ ਦੀ ਤਰਫੋਂ ਨਦੀ ਦੇ ਵਿੱਚ ਨੱਥ ਚੂੜਾ ਚੜਾਇਆ ਜਾਂਦਾ ਹੈ ਇਹ ਮੰਨੇ ਜਾਂਦਾ ਹੈ ਕਿ ਇਹ ਰਸਮ ਅਦਾ ਕਰਨ ਤੋਂ ਬਾਅਦ ਪਾਣੀ ਉਤਰਨ ਲੱਗ ਜਾਂਦਾ ਹੈ ਜਦੋਂ ਜੇਕਰ ਦੇਖਿਆ ਜਾਵੇ ਤਾਂ ਦੂਸਰੇ ਪਾਸੇ ਰਾਜਸੀ ਪਾਰਟੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਸ਼ਾਹੀ ਪਰਿਵਾਰ ਦੀ ਨੁਕਤਾਚੀਨੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਮੂਰਖ ਬਣਾਉਣ ਦੀ ਇਹ ਕਾਰਵਾਈ ਹੁਣ ਹੋਰ ਨਹੀਂ ਚੱਲੇਗੀ ਪਟਿਆਲਾ ਨਦੀ ਦੇ ਵਿੱਚ ਵਧੇਰੇ ਪਾਣੀ ਆਉਣ ਦੇ ਕਾਰਨ ਇਲਾਕੇ ਦੇ ਕਈ ਖੇਤਰ ਜਲਥਲ ਹੋ ਚੁੱਕੇ ਨੇ ਤਾ ਇਹ ਜਿਹੜਾ ਹੈਗਾ ਇਸ ਦੇ ਉੱਪਰ ਪਰਨੀਤ ਕੌਰ ਨੇ ਕੀ ਬਿਆਨ ਦਿੱਤਾ ਇੱਕ ਵਾਰ ਸੁਣਦੇ ਆਂ ਇਹ ਅੰਦਾਜ਼ ਕੀਤੀ ਹੈ ਕਿ ਪੰਜਾਬਲੇ ਦੇ ਲੋਕਾਂ ਤੇ ਉੱਤੇ ਮਿਹਰ ਪਰਿਆਫਤ ਧਰਨ ਜੀ ਔਰ ਇਹ ਨਾ ਦੀ ਖੁਸ਼ਹਾਲੀ ਦੇ ਲਈ ਸੁਖ ਸ਼ਾਂਤੀ ਦੇ ਲਈ ਔਰ ਇਹ ਜਿਹੜਾ ਕੁਲੋਕੀ ਆਈ ਹੈ ਇਹ ਇਸ ਤੋਂ ਬਚਣ ਦੀ ਲੰਗੜ ਲਈ ਉਹ ਜਿਹੜੀ ਪ੍ਰਾਤਿਨ ਪ੍ਰਥਾ ਚੱਲ ਰਹੀ ਹੈ ਉਹਦੇ ਵਾਹਿਨ ਇਹ ਲੋਕਾਂ ਦੀ ਮੰਗ ਰਹੀ ਔਰ ਸਰਵਾਇਕ ਰੂਪ ਪਰਮਾਤਮਾ ਦੇ ਆਸਰੇ ਤੇ ਮਰਨ ਦਾ ਰਸਮ ਕੀਤੀ ਇਹ ਜਿਹੜੀ ਪਰੰਪਰਾ ਹੈਗੀ ਹੈ ਬਲਤੇਜ ਪੰਨੂ ਜੀ ਨੇ ਇੱਥੇ ਵਸਣ ਤੋਂ ਬਹੁਤ ਪਹਿਲੇ ਦੀ ਹੈ ਅਸੀਂ ਲੋਕਾਂ ਦੀ ਇੱਛਾ ਦੇ ਮਤਾਬਕ ਆਪਣੀ ਪੁਰਾਣੀ ਪਰੰਪਰਾ ਔਰ ਪਟਿਆਲੀ ਦੀ ਜਿਹੜੀ ਹੋੰਦ ਹੈ ਉਹਨੂੰ ਰੱਖਣ ਦੀ ਰਸਮ ਕੀਤੀ ਉਧਰ ਰੂਪਨਗਰ ਜ਼ਿਲ੍ਹੇ ਦੇ ਅੰਦਰ ਵੀ ਅੱਜ ਕਈ ਦਿਨਾਂ ਬਾਅਦ ਮੌਸਮ ਸਾਫ਼ ਦੇਖਣ ਨੂੰ ਮਿਲਿਆ ਤੋਪਕ ਧੁੱਪ ਜਿਹੜੀ ਹੈ ਚਮਕਦੀ ਦਿਖਾਈ ਦਿੱਤੀ ਹੈ ਮੀਂਹ ਬੀਤੀ ਰਾਤ ਬੰਦ ਹੋ ਗਿਆ ਸੀ ਅੱਜ ਸਵੇਰੇ ਦਿਨ ਚੜਨ ਉਪਰੰਤ ਆਸਮਾਨ ਦੇ ਵਿੱਚ ਸਤਰੰਗੀ ਪਿੰਗ ਪਈ ਹੋਈ ਨਜ਼ਰ ਆਈ ਹੈ ਮੌਸਮ ਸਾਫ਼ ਹੋਣ ਦੇ ਨਾਲ 132 ਕੇਵੀ ਸਬਸਟੇਸ਼ਨ ਨੂੰ ਪਾਣੀ ਉਸ ਦੇ ਵਿੱਚੋਂ ਪਾਣੀ ਨੂੰ ਕੱਢ ਕੇ ਚਾਲੂ ਕਰਨ ਦੇ ਲਈ ਜੁਟੇ ਪਾਵਰ ਕੌਮ ਦੇ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਦੋ ਦਿਨ ਜਿਹੜਾ ਹੈਗਾ ਇੱਥੇ ਬਿਜਲੀ ਸਪਲਾਈ ਲਗਾਤਾਰ ਠੱਪ ਸੀ ਤਾਂ ਇੰਟਰਨੈਟ ਦੀਆਂ ਸੇਵਾਵਾਂ ਵੀ ਇਸ ਜ਼ਿਲ੍ਹੇ ਦੇ ਵਿੱਚ ਠੱਪ ਦੇਖਣ ਨੂੰ ਮਿਲਿਆ ਸੀ। ਦੀਪਤੀ ਕਮਿਸ਼ਨਰ ਪ੍ਰੀਤੀ ਯਾਦਵ ਨੇ 132 ਕੇਵੀ ਗ੍ਰਿਡ ਦਾ ਦੌਰਾ ਕਰਕੇ ਬਿਜਲੀ ਦੀ ਸਪਲਾਈ ਜਲਦ ਦੁਰਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 11 ਕੇਵੀ ਤੇ 66 ਕੇਵੀ ਦੀ ਸਪਲਾਈ ਲਈ ਹਰੀ ਝੰਡੀ ਨਹੀਂ ਮਿਲੀ ਜੋ ਛੇਤੀ ਮਿਲ ਜਾਏਗੀ। ਇਸ ਉਪਰੰਤ ਬਿਜਲੀ ਦੀ ਸਪਲਾਈ ਜਿਹੜੀ ਹੈ ਪੂਰੇ ਸ਼ਹਿਰ ਨੂੰ ਪਹੁੰਚਾ ਦਿੱਤੀ ਜਾਏਗੀ। ਰੂਪਨਗਰ ਦੇ ਵਿੱਚ ਤੇਜ਼ ਬਾਰਿਸ਼ ਕਰਕੇ ਆਏ ਹਾੜ ਦੇ ਵਿੱਚ ਮਿਆਪੁਰ ਰੇਲਵੇ ਸਟੇਸ਼ਨ ਨੇੜੇ ਰੇਲਵੇ ਦਾ ਜੋ ਗੇਟਮੈਨ ਸੀ ਉਹ ਪਾਣੀ ਦੇ ਵਿੱਚ ਡਰ ਗਿਆ ਅਤੇ ਇਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਮਿਆਪੁਰ ਨੇੜੇ ਫਾਟਕ ਨੰਬਰ 15 ਸੀ ਤੇ ਤੈਨਾਤ ਦਿਨੇਸ਼ ਵਾਸੀ ਹਿਮਾਚਲ ਪ੍ਰਦੇਸ਼ 19 ਜੁਲਾਈ ਨੂੰ ਛੁੱਟੀ ਹੋਣ ਉਪਰੰਤ ਆਪਣੇ ਬਿਮਾਰ ਪਿਤਾ ਦਾ ਪਤਾ ਲੈਣ ਦੇ ਲਈ ਮੁਹਾਲੀ ਚੱਲਿਆ ਸੀ ਜਦੋਂ ਉਹ ਜਿਹੜਾ ਹੈਗਾ ਵਰਲਡ ਸਕੂਲ ਸਿੰਘ ਨੇੜੇ ਪਹੁੰਚਿਆ ਤਾਂ ਲਿੰਕ ਸੜਕ ਤੇ ਪਾਣੀ ਨੂੰ ਪਾਰ ਕਰਦੇ ਹੋਏ ਉਹ ਕਾਰ ਸਮੇਤ ਰੁੜ ਗਿਆ ਸਤਲੁਜ ਦਰਿਆ ਦੇ ਵਿੱਚ ਆਏ ਮੂਹ ਜ਼ੋਰ ਪਾਣੀ ਨੇ ਦੋ ਥਾਵਾਂ ਤੇ ਬੰਨ ਤੋੜ ਦਿੱਤੇ ਨੇ ਜਿਸ ਕਰਕੇ ਜਲ ਥਲ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੁਸੀਂ ਬੰਨ ਦੇ ਵਿੱਚ ਲੰਗੀ ਰਾਤ ਲੁਖੂ ਦੀਆਂ ਛੰਨਾ ਅਤੇ ਨਸੀਰਪੁਰ ਤੋਂ ਪਾੜ ਪੈ ਗਿਆ ਇੱਕ ਪਾੜ ਜਿਹੜਾ ਹੈਗਾ 12:40 ਮਿੰਟ ਤੇ ਪਿਆ ਤੇ ਦੂਸਰਾ ਕਰੀਬ 2 ਵਜੇ ਇਹ ਪਾੜ ਪੈਣ ਦੀ ਘਟਨਾ ਵਾਪਰਦੀ ਹੈ ਇਸ ਬੰਨ ਨੂੰ ਬਚਾਉਣ ਦੇ ਲਈ ਲੋਕ ਪਿਛਲੇ ਦੋ ਦਿਨਾਂ ਤੋਂ ਰਾਜ ਸਵਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਅਗਵਾਈ ਦੇ ਹੇਠ ਲੱਗੇ ਹੋਏ ਸੀ ਅੱਖੀਂ ਦੇਖਣ ਵਾਲਿਆਂ ਦੇ ਅਨੁਸਾਰ ਪਹਿਲਾਂ ਬੰਨ ਜਿਹੜਾ ਹੈ ਬੰਨ ਦੇ ਵਿੱਚ ਘਰਲ ਪਿਆ ਪਾਣੀ ਦਾ ਦਬਾਅ ਜ਼ਿਆਦਾ ਹੋਣ ਦੇ ਕਾਰਨ ਬੰਨ ਦੇ ਵਿੱਚ ਲੋਕਾਂ ਦੇ ਦੇਖਦੇ ਆ ਦੇਖਦੇ ਆ ਹੀ ਪਾੜ ਪੈ ਗਿਆ ਪੰਜਾਬ ਦੇ ਅੰਦਰ ਇੱਕ ਪਾਸੇ ਖੜਾਂ ਦਾ ਖਤਰਾ ਬਰਕਰਾਰ ਹੈ ਤਾਂ ਉੱਥੇ ਹੀ ਮੰਡੀ ਗੋਵਿੰਦਗੜ੍ਹ ਦੇ ਕੁੱਕੜ ਮਾਜ਼ਰਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਸਥਿਤ ਗੋਦਾਮ ਦੇ ਵਿੱਚ ਗੈਸ ਲੀਕ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਕਟਨਾ ਸਥਾਨ ਦਾ ਮੌਕਾ ਦੇਖਣਗੇ ਕਾਉਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਚੀਫ ਸੈਨੀਟਰੀ ਸੁਪਰਵਾਈਜ਼ਰ ਸੰਦੀਪ ਸ਼ਰਮਾ ਅਤੇ ਪ੍ਰਧਾਨ ਜਿਹੜਾ ਹੈਗਾ ਪੀਏ ਅਮਿਤ ਸ਼ਰਮਾ ਅਤੇ ਫਾਇਰ ਬ੍ਰਿਗੇਡ ਦੇ ਕਰੀਬ 6 ਕਰਮਚਾਰੀਆਂ ਤੇ ਅਧਿਕਾਰੀ ਜਿਹੜੇ ਹੈ ਉਹ ਗੈਸ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਮੰਡੀ ਗੋਵਿੰਦਗੜ ਵਿਖੇ ਦਾਖਲ ਕਰਵਾਇਆ ਗਿਆ। ਨਵਾਂ ਸ਼ਹਿਰ ਦੇ ਵਿੱਚ ਸਥਿਤੀ ਡਰੌਣ ਵਾਲੀ ਬਣੀ ਹੋਈ ਹੈ। ਨਵਾਂ ਸ਼ਹਿਰ ਦੇ ਵਿੱਚ ਪਾਣੀ ਇਕੱਠਾ ਹੋ ਚੁੱਕਿਆ ਹੈ ਜਿਸ ਕਰਕੇ ਲੋਕਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਖਾਸ ਕਰਕੇ ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਜਾਈ ਝੋਨੇ ਦੀ ਕੀਤੀ ਸੀ। ਸੜਕਾਂ ਦੇ ਵਿੱਚ ਰੁੱਖ ਡਿੱਗਣ ਦੇ ਕਰਕੇ ਵੱਡੇ ਵੱਡੇ ਟੋਏ ਵੀ ਪੈ ਚੁੱਕੇ ਹਨ। ਲੋਕਾਂ ਨੂੰ ਸਾਵਧਾਨੀ ਵਰਤਣ ਦੇ ਲਈ ਵੀ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਸੜਕ ਤੇ ਜਾਣ ਤੋਂ ਪਹਿਲਾਂ ਟੋਆ ਜਿੱਥੇ ਖੜਾ ਪਾਣੀ ਹੈ ਉਸਥੇ ਗਵਾਹਨ ਆਪਣੇ ਨੂੰ ਨਾ ਵੜਿਆ ਜਾਏ ਪੰਜਾਬ ਚ ਦੋ ਦਿਨ ਪੇ ਭਾਰੀ ਮੀਂਹ ਦੇ ਨਾਲ ਮੁਖਾਲੀ ਦੇ ਵਿੱਚ ਸੜਕਾਂ ਅਤੇ ਲੋਕਾਂ ਦੇ ਘਰਾਂ ਦਾ ਹਾਲ ਜਿਹੜਾ ਹੈ ਹਲੇ ਤੱਕ ਵੀ ਬੁਰਾ ਹੈ ਖਰੜ ਦੇ ਸੰਦੀਪ ਸਿੰਘ ਦੇ ਘਰ ਦਾ ਇੱਕ ਹਿੱਸਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਹੈ ਸੰਦੀਪ ਨੇ ਦੱਸਿਆ ਕਿ ਘਰ ਦਾ ਪਿਛਲਾ ਹਿੱਸਾ ਜਿਸ ਦੇ ਵਿੱਚ ਬਾਥਰੂਮ ਅਤੇ ਇੱਕ ਹੋਰ ਕਮਰਾ ਬਣਾਇਆ ਹੋਇਆ ਸੀ ਪਾਣੀ ਦੇ ਵਿੱਚ ਇਹ ਰੁੜ ਜਾਂਦੇ ਨੇ ਬਾਕੀ ਕਮਰਿਆਂ ਨੂੰ ਵੀ ਨੁਕਸਾਨ ਪਹੁੰਚਿਆ ਪਾਵਕ ਹੁੰਦੇ ਹੋਏ ਸੰਦੀਪ ਨੇ ਦੱਸਿਆ ਕਿ ਬਹੁਤ ਮੁਸ਼ਕਲ ਦੇ ਨਾਲ ਸੁਪਨਿਆਂ ਦਾ ਘਰ ਬਣਾਇਆ ਹੋਇਆ ਸੀ ਪਰ ਪਹਿਲੀ ਬਰਸਾਤ ਨੇ ਸਭ ਕੁਝ ਤੋੜ ਦਿੱਤਾ ਸਰਕਾਰ ਤੋਂ ਭਾਜੀ ਮੁਆਵਜ਼ੇ ਦੀ ਵੀ ਮੰਗ ਕਰਦੇ ਆ ਕਿ ਸਾਨੂੰ ਸਾਡਾ ਮੁਆਵਜ਼ਾ ਕੋਸ਼ਿਸ਼ ਦਿੱਤਾ ਜਾਵੇ ਅਸੀਂ 10-15 ਸਾਲ ਜੌਬ ਕਰ ਕਰਕੇ ਕੰਮ ਕਰ ਕਰਕੇ ਇਹ ਬਣਾਇਆ ਤਾਂ ਜੋ ਹੈਲਪ ਹੋ ਸਕਦੀ ਹੈ ਉਹ ਕਰਨ ਹਨ ਤੇ ਬਾਕੀ ਹੁਣ ਇਹ ਇਹਦਾ ਵੀ ਕੁਛ ਹੱਲ ਕਰਨ ਕਿ ਜੇ ਫਿਊਚਰ ਦੇ ਵਿੱਚ ਕੁਛ ਆਉਂਦਾ ਤਾਂ ਪਿੱਛੇ ਇੱਥੇ ਡੰਪਿੰਗ ਯਾਰਡ ਹਟਾਇਆ ਜਾਵੇ ਜੇ ਕੋਈ ਇੱਥੇ ਨਦੀ ਸੀ ਤਾਂ ਉਹਨੂੰ ਪ੍ਰੋਪਰ ਉਹਦੇ ਕੁਝ ਬਣਾ ਕੇ ਚਾਰੇ ਚਾਰਦਵਾਰੀ ਬਣਾ ਕੇ ਉੱਥੋਂ ਪਾਣੀ ਦੀ ਨਿਕਾਸੀ ਦਿੱਤੀ ਜਾਵੇ ਉਹਨੂੰ ਅੰਡਰਗਰਾਊਂਡ ਕਰ ਦੋ ਕਿਸੇ ਤਰੀਕੇ ਨਾਲ ਮਤਲਬ ਮੈਨੂੰ ਇਹਨਾਂ ਟੈਕਨੀਕਲੀ ਨਹੀਂ ਪਤਾ ਬਟ ਉਹਦਾ ਕੋਈ ਹੱਲ ਕਰਨ ਤਾਂ ਕਿ ਹੋਰ ਘਰਾਂ ਨੂੰ ਨੁਕਸਾਨ ਨਾ ਹੋਵੇ ਪਾਣੀ ਜਿੱਦਾਂ ਜੋ ਰਾਹ ਹੈਗਾ ਉਹਦੇ ਦੀ ਲੰਘ ਜਾਵੇ ਬਟ ਇਹਨੂੰ ਇਹ ਨਾ ਹੋਵੇ ਕਿ ਜੋ ਪਾਣੀ ਦਾ ਰਾਉ ਨੂੰ ਵੀ ਬੰਦ ਕਰ ਦਿੱਤਾ ਜਾਵੇ ਇੱਥੇ ਡੰਪਿੰਗ ਯਾਰ ਹੋਰ ਵੱਡਾ ਕਰੀ ਜਾਣ ਸਭ ਤਾਂ ਰਹਿਣ ਚ ਵੀ ਦਿੱਕਤ ਆ ਬੰਦਾ ਜਿੰਦਗੀ ਚ ਭਾਜੀ ਇੱਕ ਵਾਰੀ ਘਰ ਬਣਾਉਂਦਾ ਕਿੰਨੇ ਘਰ ਬਣਾਈ ਜਾਵਾਂਗੇ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਘਰ ਬਣਾਉਣ ਦੇ ਮੇਰਾ ਘਰ ਇਹ ਵੀ ਲੋਨ ਹੋਇਆ ਹੋਇਆ ਮੈਂ ਕਿਹੜਾ ਮਤਲਬ ਹਜੇ ਤੱਕ ਲੋਨ ਪੇ ਕਰ ਰਿਹਾ ਪਿਛਲੇ 5 ਸਾਲ ਤੋਂ ਪੇ ਕਰ ਰਿਹਾ ਤਾਂ ਪਤਾ ਨਹੀਂ ਹੁਣ ਕ੍ਰਾਈਸਿਸ ਆਈ ਜਾ ਰਹੀ ਹੈ ਚੱਲੀ ਜਾ ਰਿਹਾ ਕੰਮ ਬਸ ਕੰਮ ਫਿਰ ਡਬਲ ਵੱਧ ਗਿਆ ਕੰਮ ਭਾਈ ਡਬਲ ਟ੍ਰਿਪਲ ਵੱਧ ਗਿਆ ਮੈਂ ਆਫਿਸ ਵੀ ਨਹੀਂ ਗਿਆ ਪਿਛਲੇ ਕਿੰਨੇ ਦਿਨ ਤੋਂ ਜਿੱਦਾਂ ਦਾ ਮੀਂਹ ਪਿਆ ਰਿਹਾ ਮੁਹਾਲੀ ਤੋਂ ਚੱਪੜ ਚਿੜੀ ਨੂੰ ਜਾਣ ਦੇ ਲਈ ਜਿਹੜਾ ਰਸਤਾ 2 ਕਿਲੋਮੀਟਰ ਦਾ ਸੀ ਹੁਣ ਸਥਾਨਕ ਲੋਕਾਂ ਨੂੰ 10 ਕਿਲੋਮੀਟਰ ਦਾ ਪਏਗਾ ਕਿਉਂਕਿ ਚੱਪੜਚੜੀ ਨੂੰ ਮੋਹਾਲੀ ਦੇ ਨਾਲ ਜੋੜਦੀ ਸੜਕ ਪਾਣੀ ਪੈਣ ਦੇ ਨਾਲ ਟੁੱਟ ਚੁੱਕੀ ਹੈ ਸੜਕ ਦੇ ਵਿੱਚ ਕਰੀਬ 100 ਫੁੱਟ ਚੌੜਾ ਪਾੜ ਪੈ ਚੁੱਕਿਆ ਹੈ ਜਿਸ ਕਰਕੇ ਕਈ ਪਿੰਡਾਂ ਦਾ ਨਾਤਾ ਮੋਹਾਲੀ ਦੇ ਨਾਲੋਂ ਟੁੱਟ ਚੁੱਕਿਆ ਕਿਤੇ ਪੁਲੀ ਪਾਈ ਹੋਈ ਸੀ ਜੋ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਇੱਥੇ ਟਿਕ ਨਹੀਂ ਸਕੀ ਤੇ ਤੁਸੀਂ ਦੇਖ ਰਹੇ ਹੋ ਕਿ ਦਰਾਰ ਕਿੰਨੀ ਵੱਡੀ ਪੈ ਚੁੱਕੀ ਹੈ ਸੜਕ ਜਿਹੜੀ ਹੈ ਕਿੰਨੀ ਜਿਹੜੀ ਇੱਥੋਂ ਟੁੱਟ ਚੁੱਕੀ ਹੈ ਚੱਪੜਚੜੀ ਸਾਹਮਣੇ ਪਿੰਡ ਹੈਗਾ ਚੱਪੜਚੜੀ ਪੈਂਦਾ ਹੈ ਮੋਹਾਲੀ ਤੋਂ ਮਹਿਜ਼ ਕੋਈ ਡੇਢ ਤੋਂ 2 ਕਿਲੋਮੀਟਰ ਦਾ ਪਿੰਡ ਦੀ ਦੂਰੀ ਹੈ ਤਾਂ ਹੁਣ ਜੇਕਰ ਮੋਹਾਲੀ ਵਾਲਿਆਂ ਨੇ ਚੱਪੜਚੜੀ ਜਾਣਾ ਤਾਂ ਜਿਹੜਾ ਡੇਢ ਕਿਲੋਮੀਟਰ ਦਾ ਸਫ਼ਰ ਸੀ ਉਹ ਇਹਨਾਂ ਨੂੰ ਹੁਣ 10 ਕਿਲੋਮੀਟਰ ਤਪੇਗਾ 7 ਤੋਂ 10 ਕਿਲੋਮੀਟਰ ਦੇ ਵਿੱਚ ਵਿੱਚ ਇਹ ਜਿਹੜਾ ਪੇਗਾ ਪਾਣੀ ਦਾ ਤੇਜ਼ ਵਹਾਅ ਦੇ ਕਾਰਨ ਇੱਥੇ ਰੁਕ ਚੁੱਕਿਆ ਦੂਸਰਾ ਸਭ ਤੋਂ ਵੱਡਾ ਕਾਰਨ ਟੁੱਟਣ ਦਾ ਇਹ ਹੈ ਕਿ ਇੱਕ ਤਾਂ ਇੱਥੇ ਜਿਹੜਾ ਹੈ ਕਿਉਂਕਿ ਇੱਥੇ ਪੂਲੀ ਪਾਈ ਹੋਈ ਸੀ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ ਫਲੱਡ ਜੇਕਰ ਆਉਂਦੇ ਹੈ ਤਾਂ ਅਜਿਹੀ ਸਥਿਤੀ ਬਣ ਜਾਵੇ ਕਿ ਕਿਸੇ ਤਰ੍ਹਾਂ ਦੀ ਪੂਲੀ ਦੇ ਵਿੱਚ ਕੋਈ ਚੀਜ਼ ਰਹਿ ਦਖੁੰਨ ਜਿਹੜੀ ਹੈ ਉਸ ਦੀ ਸਾਫ ਸਫਾਈ ਨਹੀਂ ਹੋਈ ਇਸ ਕਰਕੇ ਪਾਣੀ ਜਿਹੜਾ ਹੈਗਾ ਤੇ ਇਕੱਠਾ ਹੁੰਦਾ ਰਿਹਾ ਇਕੱਠਾ ਹੁੰਦਾ ਰਿਹਾ ਜਿੱਦਾਂ ਪਾਣੀ ਇੱਥੇ ਇਕੱਠਾ ਹੋਇਆ ਉਸ ਤੋਂ ਬਾਅਦ ਪ੍ਰੈਸ਼ਰ ਇੰਨਾ ਜ਼ਿਆਦਾ ਬਣ ਗਿਆ ਕਿ ਆਪਣੇ ਨਾਲ ਸੜਕ ਸਣੇ ਪੂਲੀ ਜਿਹੜੇ ਪਾਈਆਂ ਹੋਈਆਂ ਸੀ ਪਾਈਪਾਂ ਉਹ ਵੀ ਨਾਲ ਹੀ ਵਾਹ ਕੇ ਲੈ ਗਿਆ ਤਾਂ ਸੜਕ ਤੁਸੀਂ ਦੇਖ ਰਹੇ ਹੋ ਕਿ ਜਿੰਨੀ ਇੱਥੇ ਪਾਈ ਹੋਈ ਸੀ ਸੜਕ ਪੂਰੀ ਤਰ੍ਹਾਂ ਦੇ ਨਾਲ ਮਿੱਟੀ ਰੋੜੀ ਬੱਜਰ ਜੋ ਵੀ ਪਾਇਆ ਹੋਇਆ ਸੀ ਲੁੱਕ ਜਿਹੜੀ ਹੈ ਉਹ ਵੀ ਸਾਰੀ ਇੱਥੋਂ ਨਿਕਲ ਚੁੱਕੀ ਹੈ ਉਹ ਹਾਲੀ ਦੇ ਛੱਜੂ ਮਾਜ਼ਰਾ ਦੇ ਵਿੱਚ ਰਹਿੰਦੇ ਲੋਕ ਹਾਲੇ ਵੀ ਹੜ ਦੇ ਨਾਲ ਜਦ ਹੜ ਵਾਲੀ ਸਥਿਤੀ ਨਾਲ ਨਜੇਟ ਰਹੇ ਨੇ ਸਜੂ ਮਾਜਰਾ ਚੌਂਕ ਦੇ ਵਿੱਚ ਬਣੇ ਆਮ ਆਦਮੀ ਮੁਹੱਲਾ ਕਲੀਨਿਕ ਨੂੰ ਜਾਂਦੀ ਇਕਲੌਤੀ ਸੜਕ ਪੂਰੀ ਪਾਣੀ ਦੇ ਨਾਲ ਭਰੀ ਹੋਈ ਹੈ ਮੀਂਹ ਰੁਕਣ ਦੇ باوجود ਇੱਥੇ ਪਾਣੀ ਨਹੀਂ ਰੁਕ ਰਿਹਾ ਮੁਹੱਲਾ ਕਲੀਨਿਕ ਤੋਂ ਦਵਾਈ ਲੈਣ ਦੇ ਲਈ ਆਉਣ ਵਾਲੇ ਲੋਕ 1 ਕਿਲੋਮੀਟਰ ਲੰਬੀ ਸੜਕ ਜਿਸ ਜੋ ਪੂਰੀ ਪਾਣੀ ਦੇ ਨਾਲ ਭਰੀ ਹੋਈ ਹੈ ਇਸ ਵਿੱਚੋਂ ਗੁਜ਼ਰਨ ਦੇ ਲਈ ਮਜਬੂਰ ਨੇ ਇੱਥੇ ਲੋਕਾਂ ਜੋ ਸਥਾਨਕ ਲੋਕ ਰਹਿੰਦੇ ਨੇ ਉਹ ਬਿਮਾਰੀਆਂ ਤੋਂ परेशान ने या चिंता उन्होंने सता रही है कि जिमे पानी सूखेगा ता उस तो बाद जो सीवरेज दा पानी मिलया हुआ है इस पानी दे नाल ते इस दे नाल कई भयानक बीमारियां रूप धारण कर सकदियां ने उसका कोई प्रावधान नहीं है कैसे जाएंगे पता नहीं बच्चे को मैंने स्कूटी ले रखी है वो उसकी भर जाती है रिस्क रहता है क्योंकि मैं भी बाहर जॉब करता हूं तो उसको कैसे जाना होगा वो मतलब समझ से बाहर है कि अभी मैं 2 दिन से छुट्टी पे हूं एक्चुअली मैं बाहर जॉब करता हूं तो इसीलिए कि बच्चों को थोड़ा सा सुविधा हो जाए पानी ठीक हो जाए बारिश रुक जाए ਤੋ ਮੈਂ ਉਸਕੋ ਥੋੜਾ ਸਾ ਉਸਦੀ ਹੈਲਪ ਕਰ ਸਕੂ। ਅਬ ਇਹ ਪਾਣੀ ਜੋ ਰੁਕਾ ਹੈ ਅਭੀ ਦੇਖਿਓ ਅਗਰ ਬਾਹਰ ਸੇ ਅਪਾ ਆਤੇ ਹੈ ਇਤਨੀ ਸਮੈਲ ਅਭੀ ਸ਼ੁਰੂ ਹੋ ਗਈ ਹੈ। ਅਬ ਇਹ ਬਾਹਰ ਨਿਕਲੇਗਾ ਇਸਮੇ ਕਿਚੜ ਕੀ ਵਜਹ ਸੇ ਔਰ ਸਮੈਲ ਹੋ ਜਾਏਗੀ। ਕਿਤਨੇ ਟਾਈਪ ਕੀ ਬਿਮਾਰੀਆਂ ਹੋਣਗੀ ਆ ਬੜਾ ਮੁਸ਼ਕਿਲ ਹੈ। ਖਰੜਚ ਪਾਣੀ ਦੀ ਮਾਰ ਬਾਕੀ ਸ਼ਹਿਰਾ ਵਾਂਗ ਦੇਖਣ ਨੂੰ ਮਿਲੀ ਹੈ। ਇੱਥੇ ਇੱਕ ਕਲੋਨੀ ਦੇ ਵਿੱਚ ਪਾੜ ਪੈ ਗਿਆ। ਪਾਣੀ ਦਾ ਵਹਾ ਇੰਨਾ ਤੇਜ਼ ਸੀ ਕਿ ਇੱਕ ਪਲਾਟ ਨੂੰ ਹੀ ਖੂਬਣਾ ਦਿੱਤਾ। ਜਿਸ ਕਾਰਨ ਆਸ-ਪਾਸ ਦੇ ਘਰਾਂ ਦੀਆਂ ਨੀਹਾਂ ਵੀ ਕੱਚੀਆਂ ਪੈ ਗਈਆਂ ਨੇ ਲੋਕਾਂ ਨੇ ਕਿਹਾ ਕਿ ਸਰਕਾਰ ਨੇ ਸਮਾਂ ਰਹਿਦਿਆਂ ਜੇਕਰ ਕੂੜੇ ਦੇ ਢੇਰ ਚੁਕਵਾਏ ਹੁੰਦੇ ਤਾਂ ਸ਼ਾਇਦ ਅੱਜ ਇਹ ਨੁਕਸਾਨ ਨਾ ਹੁੰਦਾ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੀ ਹਾਲਤ ਨਾਜ਼ੁਕ ਹੈ ਹਸਪਤਾਲ ਦੇ ਵਿੱਚ ਉਹ ਭਰਤੀ ਨੇ ਵੈਂਟੀਲੇਟਰ ਤੇ ਉਹਨਾਂ ਨੂੰ ਰੱਖਿਆ ਗਿਆ ਹੈ ਜੋ ਜਾਣਕਾਰੀ ਮਿਲੀ ਹੈ ਗਾਇਕ ਸ਼ਿੰਦਾ ਕਈ ਦਿਨਾਂ ਤੋਂ ਨਮੂਨੀਆਂ ਤੋਂ ਪੀੜਤ ਸਨ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਮੁਸ਼ਕਲ ਆ ਰਹੀ ਸੀ ਇਸ ਕਰਕੇ ਉਹਨਾਂ ਨੂੰ ਵੈਂਟੀਲੇਟਰ ਦੇ ਜ਼ਰੀਏ ਜਿਹੜਾ ਹੈਗਾ ਸਾ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਮਸ਼ਹੂਰ ਗਾਇਕ ਅਤੇ ਐਮਪੀ ਹੰਸਰਾਜ ਹੰਸ ਨੇ ਉਹਨਾਂ ਦੀ ਤਵੇਤ ਪੁੱਛਣ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਉਹਨਾਂ ਦਾ ਹਾਲ ਜਾਣਦੇ ਨੇ ਸੁਰਿੰਦਰ ਸ਼ਿੰਦਾ ਨੇ ਪੰਜਾਬੀ 뮤직 ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਨੇ ਸ਼ਿੰਦਾ ਦੇ ਮਸ਼ਹੂਰ ਗਾਣਿਆਂ ਦੇ ਵਿੱਚ ਸਭ ਤੋਂ ਫੇਮਸ ਹੈ ਪੁੱਤ ਜੱਟਾਂ ਦੇ ਟਰੱਕ ਬਲੀਏ ਬਲਬੀਰੋ ਭਾਬੀ ਕਿਹਰ ਸਿੰਘ ਦੀ ਮੌਤ ਅਜਿਹੇ ਉਹਨਾਂ ਨੇ ਹਿੱਟ ਗਾਣੇ ਪੰਜਾਬੀ 뮤직 ਇੰਡਸਟਰੀ ਨੂੰ ਦਿੱਤੇ ਨੇ। ਸੁਰਿੰਦਰ ਸ਼ਿੰਦਾ ਪੰਜਾਬ ਦੇ ਮਸ਼ਹੂਰ ਗਾਇਕ ਕੁਲਦੀਪ ਮਾਨਕ ਦੇ ਸਾਥੀ ਨੇ। ਉਹਨਾਂ ਦੇ ਨਾਲ ਉਹਨਾਂ ਨੇ ਮਿਲ ਕੇ ਕਈ ਅਖਾੜੇ ਵੀ ਲਗਾਏ ਐ ਤੇ ਕਈ ਗੀਤ ਵੀ ਗਾਏ ਨੇ। ਸ਼ਿੰਦਾ ਨੇ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ, ਗਿਲ ਹਰਦੀਪ ਅਤੇ ਉਹਨਾਂ ਦੇ ਜਿਹੜਾ ਹੈਗਾ ਪੁੱਤਰ ਨੂੰ ਵੀ ਉਹਨਾਂ ਨੇ ਸੰਗੀਤ ਦੀ ਸਿੱਖਿਆ ਦਿੱਤੀ ਐ। ਸ਼ਿੰਦਾ ਨੇ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ, ਗਿਲ ਹਰਦੀਪ ਅਤੇ ਆਪਣੇ ਪੁੱਤਰ ਮਨਿੰਦਰ ਸ਼ਿੰਦਾ ਨੂੰ ਵੀ ਸੰਗੀਤ ਦੀ ਸਿੱਖਿਆ ਦਿੱਤੀ ਹੈ ਸੁਨੀਲ ਜਾਖੜ ਨੇ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਲ ਲਿਆ ਹੈ ਇਸ ਦੌਰਾਨ ਉਹਨਾਂ ਨੇ ਅਕਾਲੀ ਦਲ ਦੇ ਨਾਲ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਜਾਖੜ ਨੇ ਕਿਹਾ ਕਿ ਅਸੀਂ ਹੁਣ ਤੱਕ 23 ਅਤੇ 3 ਤੇ ਹੀ ਲੜਦੇ ਆ ਰਹੇ ਸੀ ਮੇਰੀ ਇੱਕੋ ਹੀ ਬੇਨਤੀ ਹੈ ਜਦੋਂ ਸਕੂਲ ਤੋਂ ਨਿਕਲ ਕੇ ਕਾਲਜ ਜਾਂਦੇ ਆ ਤਾਂ ਖੁਦਮੁਖਤਾਰ ਹੋ ਜਾਂਦੇ ਹਾਂ ਸਾਨੂੰ ਛੋਟੇ ਭਰਾ ਵਾਲੀ ਸੋਚ ਛੱਡਣੀ ਪੈਗੀ ਸਾਨੂੰ ਛੱਡਣਾ ਹੋਵੇਗਾ ਛੋਟਾ ਭਰਾ ਦਾ ਸਿੰਡਰੋਮ ਜਾਖੜ ਨੇ ਕਿਹਾ ਕਿ ਨਜ਼ਰ ਬਦਲੋ ਨਜ਼ਾਰੇ ਬਦਲ ਜਾਣਗੇ ਭਾਜਪੀ ਦੇ ਨਵੇਂ ਸੁਪਾ ਪ੍ਰਧਾਨ ਨੇ ਬਾਜਪਾਈ ਸਮੇਂ ਦੇ ਦੌਰਾਨ ਹੋਏ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਆਪਣਾ ਫਰਜ਼ ਪੂਰਾ ਨਿਭਾਇਆ ਉਸ ਵੇਲੇ ਸਾਡੇ ਵਰਕਰ ਤਾਕਤਵਰ ਸਨ ਪਰ ਹੁਣ ਸਾਨੂੰ ਇਕੱਲੇ ਮੈਦਾਨ ਦੇ ਵਿੱਚ ਉਤਰਨਾ ਹੋਵੇਗਾ ਸੁਪਰੀਮ ਕੋਰਟ ਨੇ ਸਾਲ 2021 ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਅੰਤਰੀਮ ਜ਼ਮਾਨਤ 26 ਸਤੰਬਰ ਤੱਕ ਵਧਾ ਦਿੱਤੀ ਹੈ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਸਾਲ 2021 ਦੇ ਲਖੀਮਪੁਰ ਖੀਰੀ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਵਿੱਚ ਮੁਲਜ਼ਮ ਹੈ ਇਸ ਹਿੰਸਾ ਦੇ ਵਿੱਚ 8 ਲੋਕਾਂ ਦੀ ਜਾਨ ਗਈ ਸੀ ਜਸਟਿਸ ਸੂਰਜਕਾਂਤ ਜਸਟਿਸ ਦੀਪੰਕਰ ਦੱਤਾ ਦੇ ਬੈਂਚ ਨੇ ਇਸ ਮਾਮਲੇ ਤੇ ਸੁਣਵਾਈ ਕੀਤੀ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਕਤਲ ਦੇ ਮੁੱਖ ਮਲਜ਼ਮ ਲਾਰੈਂਸ ਬਿਸ਼ਨੋਈ ਦੀ ਅਚਾਨਕ ਰਾਤ ਨੂੰ ਸਿਹਤ ਵਿਗੜ ਕਰਕੇ ਉਹਨਾਂ ਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਵੇਲੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਬੰਦ ਸੀ ਤਾਂ ਉਹਨਾਂ ਲਾਰੈਂਸ ਬਿਸ਼ਨੋਈ ਨੂੰ ਬੁਖਾਰ ਦੀ ਸ਼ਿਕਾਇਤ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਭਾਰੀ ਸੁਰੱਖਿਆ ਦੇ ਵਿਚਾਲੇ ਲਾਰੈਂਸ ਵਿਸ਼ਨੋਈ ਨੂੰ ਫਰੀਦਕੋਟ ਦੇ ਮੈਡੀਕਲ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ। ਸਵੇਰੇ ਦੇ ਵਿੱਚ ਪ੍ਰਿਸ਼ਟਾਚਾਰ ਦੇ ਖਿਲਾਫ ਵਿੱਢੀ ਹੋਈ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਊਰੋ ਨੇ ਅਮਰੂਦਾ ਦੇ ਵੋਟਿਆਂ ਦੇ ਮੁਆਵਜ਼ੇ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਗ੍ਰਿਫਤਾਰੀ ਕੀਤੀ ਹੈ। ਵਿਜੀਲੈਂਸ ਨੇ ਇੱਕ ਸਾਬਕਾ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਇਹ ਕਾਰਵਾਈ ਜਿਹੜੀ ਹੈ ਵੱਡੀ ਤਦਾਦ ਦੇ ਵਿੱਚ ਹੁਣ ਤੱਕ 19 ਜਾਨੇ ਜਿਹੜੇ ਹੈ ਇਸ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇਹ ਪਟਵਾਰੀ ਜੋ ਹੈ ਇਹ ਗਮਾੜਾ ਦੇ ਦਫ਼ਤਰ ਦੇ ਵਿੱਚ ਤਾਇਨਾਤ ਸੀ ਤੇ ਇਸ ਮਾਮਲੇ ਦੇ ਵਿੱਚ ਜੋ 19ਵੀਂ ਗ੍ਰਿਫਤਾਰੀ ਹੈ ਜ਼ਿਲ੍ਹਾ ਐਸਐਸ ਨਗਰ ਮੁਹਾਲੀ ਦੇ ਪਿੰਡ ਬਾਰਕਪੂਰ ਦੇ ਵਿੱਚ ਗਮਾੜਾ ਵੱਲੋਂ ਗ੍ਰਹਿਣ ਕੀਤੀ ਗਈ ਜ਼ਮੀਨ ਦੇ ਬਦਲੇ ਜਾਰੀ ਕੀਤੇ ਗਏ ਕਰੋੜਾਂ ਰੁਪਏ ਦੇ ਮੁਆਵਜ਼ੇ ਦੇ ਵਿੱਚ ਇੱਕ ਘਪਲਾ ਹੋਇਆ ਸੀ ਜਿਸ ਦੇ ਤਹਿਤ ਵਿਜੀਲੈਂਸ ਇਹ ਕਾਰਵਾਈ ਕਰ ਰਹੀ ਹੈ ਤੇ ਹੁਣ 19ਵੀਂ ਗ੍ਰਿਫਤਾਰੀ ਕੀਤੀ ਹੈ ਉਧਰ ਵਿਜੀਲੈਂਸ ਨੇ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਫਾਜ਼ਿਲਕਾ ਦੇ ਇੱਕ ਐਸਆਈ ਅਤੇ ਸਿਪਾਹੀ ਨੂੰ 15000 ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮਾਂ ਦੇ ਵਿੱਚ ਕਾਬੂ ਕੀਤਾ ਹੈ ਔਰ ਇਹ ਫਾਜ਼ਿਲਕਾ ਜ਼ਿਲ੍ਹੇ ਦੇ ਸਿਟੀ ਖਾਣਾ ਇੱਕ ਬੋਹਰ ਦੇ ਵਿਖੇ ਤੈਨਾਤ ਸਹਾਇਕ ਸਬ ਇੰਸਪੈਕਟਰ ਯਾਨੀ ਕਿ ਏਐਸਆਈ ਕ੍ਰਿਸ਼ਨ ਲਾਲ ਅਤੇ ਸਿਪਾਹੀ ਰਾਜਕਮਾਰ ਨੂੰ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਤੇ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਇਨ੍ਹਾਂ ਮੁਲਜ਼ਮਾਂ ਨੂੰ ਭੀਮ ਸੈਨ ਵਾਸੀ ਬਾਜ਼ੀਦਪੁਰ ਕਟਿਆਵਾਲੀ ਜ਼ਿਲ੍ਹਾ ਫਾਜ਼ਿਲਕਾ ਦੀ ਸ਼ਿਕਾਇਤ ਦੇ ਉੱਪਰ ਗ੍ਰਿਫਤਾਰ ਕੀਤਾ ਗਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ। ਇਸ ਪਵਿੱਤਰ ਦਿਹਾੜੇ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਦੇਸ਼ ਵਿਦੇਸ਼ ਤੋਂ ਆਈ ਸੰਗਤ ਨੇ ਗੁਰੂ ਘਰ ਮੱਥਾ ਟੇਕਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸਮੂਹ ਸਿੱਖ ਸੰਗਤ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਇਤਿਹਾਸ ਤੋ ਜਾਣੂ ਵੀ ਕਰਵਾਇਆ ਉਹਨਾਂ ਨੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਜੀ ਦੇ ਘਰ 1656 ਈਸਵੀ ਦੇ ਵਿੱਚ ਕੀਰਤਪੁਰ ਸਾਹਿਬ ਦੇ ਵਿੱਚ ਹੋਇਆ ਸੀ ਤਾਂ ਇਸ ਮੌਕੇ ਦੇ ਵਿੱਚ ਜਿਹੜੀ ਸੰਗਤ ਪਹੁੰਚੀ ਹੈ ਨਤਮਸਤਕ ਹੋਈ ਹੈ ਤੇ ਗੁਰੂ ਦਾ ਆਸ਼ੀਰਵਾਦ ਹਾਸਲ ਕੀਤਾ ਜੀ ਹਰਿਕ੍ਰਿਸ਼ਨ ਧਿਆਈ ਹੈ ਜਸਟ ਠਾ ਸਭ ਦੁੱਖ ਜਾਏ ਬਾਲਾ ਪ੍ਰੀਤ ਤੁਮ ਸਤਿਗੁਰੂ ਅਸਟੰਪ ਬਲਬੀਰਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਆ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਪਾਵਨ ਕੁੱਖ ਤੋਂ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ ਹੋਇਆ ਸਤਿਗੁਰੂ 5 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੱਦੀ ਦੇ ਮਾਲਕ ਬਣੇ ਔਰ 3 ਸਾਲ ਦੇ ਕਰੀਬ ਉਗੁਰਗੱਦੀ ਉੱਤੇ ਬਰਾਜਮਾਨ ਰਹੇ ਜਿਸ ਅਰਸੇ ਦੇ ਵਿੱਚ ਸਤਿਗੁਰਾਂ ਨੇ ਬਹੁਤ ਵੱਡੇ ਪਰਮ ਕਰਨ ਵਾਲਿਆਂ ਦੇ ਪਰਮ ਦੂਰ ਕੀਤੇ ਬਹੁਤ ਮਹਾਨ ਕਾਰਜ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕੀਤੇ ਸਮਵਿਕ ਜੀਵਨ ਜਾਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਮਨੁੱਖਤਾ ਦੇ ਲੋਕਾਈ ਦੇ ਭਲੇ ਵਾਸਤੇ ਧੰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕਾਰਜ ਕੀਤੇ ਔਰ ਸਾਨੂੰ ਰਹਿਤ ਮਰੀਅਤ ਮੁਤਾਬਕ ਜਿਹੜਾ ਜੀਵਨ ਜਿਉਣ ਦਾ ਜਿਹੜਾ ਫਲਸਫਾ ਸੀ ਉਹ ਸਤਿਗੁਰਾਂ ਨੇ ਸਿਖਾਇਆ ਸਤਿਗੁਰਾਂ ਦਾ ਆਪਾ ਮਨ ਪ੍ਰਕਾਸ਼ਪੁਰਬ ਸਮੁੱਚੇ ਸੰਸਾਰ ਭਾਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਬਹੁਤ ਹੀ ਚੜ੍ਹਦੀ ਕਲਾ ਔਰ ਸ਼ਰਧਾ ਸਹਿਤ ਮਨਾ ਰਹੀ ਹੈ ਔਰ ਸਤਿਗੁਰਾਂ ਦੇ ਫਲਸਫੇ ਦੇ ਅਨੁਸਾਰ ਗੁਰਬਾਣੀ ਦੇ ਆਛੇ ਦੇ ਅਨੁਸਾਰ ਆਪਣੇ ਜੀਵਨ ਨੂੰ ਜੀਉਣ ਦਾ ਅਸੀਂ ਸਾਰੇ ਯਤਨ ਕਰੀਏ ਅਮਰਤਾਰੀ ਹੋਈਏ ਅਮਰਤਾਰੀ ਹੋ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਸਰ ਕਰਨ ਦਾ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਸੰਸਾਰ ਪਰਵ ਵਿਚ ਵਸਤੀਆਂ ਹੋਈਆਂ ਸਮੁੱਚੀਆਂ ਗੋ ਨਾਨਕ ਨਾਮ ਲੈਵਾ ਸੰਤਾਂ ਨੂੰ 8ਵੇਂ ਪਾਤਸ਼ਾਹ ਸਤ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ 7 ਵਜੇ ਤੱਕ ਦੀਆਂ ਇਹਨਾਂ ਖਬਰਾਂ